ਸਸ ਸੀਗਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਾ ਤੁਸੀ ਸਾਰੇ ਠੀਕ ਹੋਵੋਗੇ ਤੁਹਾਡੇ ਵਾਸਤੇ ਬੱਚੋ ਇੱਕ ਇਹ ਵੀਡੀਓ ਲਿਆਉਂਦਾ ਮਤਲਬ ਮੇਰੇ ਇਹ ਹੈ ਕਿ ਬਹੁਤ ਬੱਚਿਆਂ ਦੀ ਡਿਮਾਂਡ ਸੀਗੀ ਭਾਈ ਇਹ ਵੀਡੀਓ ਲੈ ਕੇ ਬੈਸੇ ਤੋਂ ਮੇਰੀ ਵੀਡੀਓ ਬਣਦੀ ਸੀ ਪਰ ਫਿਰ ਵੀ ਬਹੁਤ ਸਾਰੇ ਬੱਚਿਆਂ ਨੂੰ ਕਨਫਿਊਜ਼ਨ ਹੋਈ ਪਈ ਸੀ ਜੀ ਬਣਾ ਦਿਓ ਵੀਡੀਓ ਠੀਕ ਹੈ ਤਾਂ ਕਰਕੇ ਬੱਚਿਆਂ ਦੀ ਪਰਮੈਸਟੇ ਵੀਡੀਓ ਲੈ ਕੇ ਆਇਆ ਭਾਈ ਮੈਂ ਠੀਕ ਹੈ ਜਿਹੜੇ ਬੱਚਿਆਂ ਨੇ ਪਹਿਲਾਂ ਵਾਲੀ ਵੀਡੀਓ ਨਹੀਂ ਦੇਖ ਸਕੇ ਜਾਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਕੋਈ ਕਮੀ ਲੱਗੀ ਹੈ ਤਾਂ ਆਹ ਵੀਡੀਓ ਦੇ ਵਿੱਚ ਆਪਾਂ ਕੋਈ ਕਮੀ ਦੂਰ ਕਰ ਦਨੇ ਆ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕੀ ਕਰਨੀ ਚਾਹੁੰਦੇ ਆ ਜੇਲ੍ਹ ਵਾਰਡਨ ਦੇ ਪੰਜਾਬ ਪੁਲਿਸ ਲਈ ਕਿਹੜੇ ਡਾਕੂਮੈਂਟਾਂ ਦੀ ਲੋੜ ਹੈ ਪਰ ਲੱਗੀ ਵੀ ਕਰੋਨਾ ਇਹ ਗਲਤੀਆਂ ਜਿਸ ਕਰਕੇ ਨੌਕਰੀ ਨਾ ਮਿਲੇ ਕਿਉਂਕਿ ਜਦੋਂ ਵੀ ਕਿਸੇ ਡਾਕੂਮੈਂਟ ਦੇ ਵਿੱਚ ਗਲਤੀ ਹੋ ਜਾਂਦੀ ਹੈ ਤਾਂ ਬਹੁਤ ਵੱਡਾ ਕਾਰਨ ਬਣ ਜਾਂਦਾ ਹੈ ਨੌਕਰੀ ਦੇ ਵਿੱਚ ਆਪਣੇ ਚ ਸਾਰੇ ਕੈਂਡੀਡੇਟ ਹੈ ਜਿਹੜੇ ਉਹ ਡਾਕੂਮੈਂਟ ਤਿਆਰ ਰੱਖਣ ਸੋ ਸਮਝਾਉਣਾ ਹੈ ਕਿ ਕਿਹੜੇ ਕਿਹੜੇ ਡਾਕੂਮੈਂਟ ਤੁਸੀਂ ਤਿਆਰ ਰੱਖਣੇ ਆ ਤਾਂ ਉਸ ਤੋਂ ਪਹਿਲਾਂ ਵੀਡੀਓ ਨੂੰ ਬាទਰ ਵਾਰ ਲਾਈਕ ਕਰੋ ਭਾਈ ਸ਼ੇਅਰ ਕਰੋ ਤੇ ਜਮਾ 101% ਸਹੀ ਨਿਊਜ਼ ਲੈਣ ਲਈ ਆਪਣਾ ਜਰਨਲ ਸਬਸਕ੍ਰਾਈਬ ਵੀ ਕਰੋ ਸਬਸਕ੍ਰਾਈਬ ਕਿਵੇਂ ਹੋਊਗਾ ਥੱਲੇ ਇੱਕਦਾਨੋ ਰੈੱਡ ਕਲਰ ਦਾ ਸਬਸਕ੍ਰਾਈਬ ਬਟਨ ਮਿਲਿਆ ਦਿੱਸੂਗਾ ਉਹਦੇ ਤੇ ਜੇ ਤੁਸੀਂ ਕਲਿੱਕ ਕਰੋਗੇ ਤਾਂ ਆਪਣਾ ਜਰਨਲ ਸਬਸਕ੍ਰਾਈਬ ਹੋ ਜਾਊ ਜਿਸ ਦੇ ਕਰਕੇ ਕੋਈ ਵੀ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਪਹੁੰਚ ਜਾ ਕਰੂਗੀ ਦੇਖੋ ਬੱਚਿਓ ਕਿਹੜੇ ਕਿਹੜੇ ਸਾਡੀ ਬੀਟਾਂ ਦੀ ਲੋੜਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਰਨਲ ਕੈਟਾਗਰੀ ਵਾਲੇ ਬੱਚਿਆਂ ਦੀ ਜਿਹੜੇ ਜਰਨਲ ਕੈਟਾਗਰੀ ਵਾਲੇ ਬੱਚੇ ਆ ਭਾਈ ਉਹਨਾਂ ਨੂੰ ਕਿਸੇ ਵੀ ਸਰਟੀਫਿਕੇਟ ਦੀ ਕੋਈ ਲੋੜ ਨਹੀਂ ਹੈਗੀ ਠੀਕ ਹੈ ਗੱਲ ਸੁਣ ਲਓ ਪੁੱਤਰੋ ਸੋ ਕੋਈ ਕਿਸੇ ਵੀ ਜਨਰਲ ਜਾਤੀ ਸਰਟੀਫਿਕੇਟ ਦੇ ਕੋਈ ਲੋੜ ਨਹੀਂ ਹੈਗੀ ਤੁਹਾਡਾ ਜਾਤੀ ਪੀਕੇਟ ਦੀ ਇਹ ਚ ਜਨਰਲ ਕੈਟਾਗਰੀ ਚ ਵਿੱਚ ਜ਼ਰੂਰਤ ਨਹੀਂ ਪੈਂਦੀ ਠੀਕ ਹੈ ਤੁਹਾਨੂੰ ਜ਼ਰੂਰਤ ਕਰਦੀ ਹੈ ਇੱਕ ਤਾਂ ਤੁਹਾਡਾ ਆਧਾਰ ਕਾਰਡ ਤੁਹਾਡੇ ਕੋਲੇ ਹੋਣਾ ਚਾਹੀਦਾ ਹੈ ਇੱਕ ਤੁਹਾਡੇ ਕੋਲੇ ਕੋਈ ਹੋਰ ਪ੍ਰੂਫ ਹੋਣਾ ਚਾਹੀਦਾ ਚਾਹੇ ਕੋਈ ਤੁਹਾਡਾ ਰਾਸ਼ਨ ਕਾਰਡ ਹੋ ਗਿਆ ਚਾਹੇ ਤੁਹਾਡਾ ਕੋਈ ਨਾਸ਼ਨ ਕਾਰਡ ਹੋ ਗਿਆ ਚਾਹੇ ਤੁਹਾਡਾ ਕੋਈ ਪਾਸਪੋਰਟ ਹੋ ਗਿਆ ਇੱਕ ਆਧਾਰ ਕਾਰਡ ਦੇ ਨਾਲ ਕੋਈ ਹੋਰ ਡਾਕੂਮੈਂਟ ਹੋਣਾ ਚਾਹੀਦਾ ਪਲੱਸ ਜਿਹੜਾ ਵੀ ਨਾਮ ਤੁਸੀਂ ਫਾਰਮ ਦੇ ਵਿੱਚ ਫਿੱਲ ਕੀਤਾ ਪੰਜਾਬ ਪੁਲਿਸ ਵਾਲੇ ਫਾਰਮ ਦੇ ਵਿੱਚ ਫਿੱਲ ਕੀਤਾ ਉਹੀ ਨਾਮ ਤੁਹਾਡਾ ਆਧਾਰ ਕਾਰਡ ਤੇ ਉਹੀ ਤੁਹਾਡਾ 10ਵੀਂ 12ਵੀਂ ਜਿਹੜੀ ਵੀ ਤੁਸੀਂ ਨਾਲ ਕੁਆਲੀਫਿਕੇਸ਼ਨ ਲਾਈ ਹੈ ਉਹ ਤੇ ਦੋਨਾਂ ਦੇ ਤੁਹਾਡਾ ਸੇਮ ਟੂ ਸੇਮ ਨਾਮ ਹੋਣਾ ਚਾਹੀਦਾ ਤੁਹਾਡੇ ਫਾਦਰ ਨੇਮ ਦਾ ਨਾਮ ਵੀ ਸੇਮ ਹੋਣਾ ਚਾਹੀਦਾ ਤੁਹਾਡੇ ਮਾਦਰ ਦਾ ਨਾਮ ਵੀ ਸੇਮ ਹੋਣਾ ਚਾਹੀਦਾ ਤੁਹਾਡਾ ਵੀ ਨਾਮ ਸੇਮ ਹੋਣਾ ਚਾਹੀਦਾ ਤੇ ਤੁਹਾਡੀ ਡੇਟ ਆਫ ਬਰਥ ਠੀਕ ਹੈ ਇਹ ਵਿੱਚ ਚਾਰ ਚੀਜ਼ਾਂ ਸਹੀ ਹੋਣੀਆਂ ਚਾਹੀਦੀਆਂ ਜੇ ਤੁਹਾਡੀ ਕੋਈ ਲੋਕੇਸ਼ਨ ਦਾ ਫਰਕ ਪੈਦਾ ਲੋਕੇਸ਼ਨ ਤੁਹਾਡੀ ਕਿਤੇ ਕਿਤੇ ਹੋਰ ਆ ਉਹਦਾ ਤਾਂ ਕੋਈ ਚੱਕਰ ਨਹੀਂ ਹੈਗਾ ਉਹ ਤਾਂ ਚੱਲ ਜੂਗੀ ਪਰ ਪਿਤਾ ਦਾ ਨਾਮ ਆਪਣਾ ਨਾਮ ਮਾਤਾ ਦਾ ਨਾਮ ਤੇ ਜਨਮ ਡੇਟ ਠੀਕ ਹੈ ਇਹ ਚਾਰੇ ਚੀਜ਼ਾਂ ਤੁਹਾਡੀਆਂ 101% ਐਕੂਰੇਟ ਹੋਣੀਆਂ ਚਾਹੀਦੀਆਂ 101% ਸਹੀ ਹੋਣੀਆਂ ਚਾਹੀਦੀਆਂ ਠੀਕ ਹੈ ਸੋ ਸਰਪਰਦਾ ਰਿਕਾਰਡ ਦੀ ਲੋੜ ਪੂਰੀ ਜਾਂ ਨਾਲ ਇੱਕ ਅਦਾ ਹੋਰ ਕੋਈ ਆਇਡੈਂਟੀਟੀ ਪ੍ਰੂਫ ਹੋਣਾ ਚਾਹੀਦਾ ਪਰ ਨਾਮ ਸਾਰੇ ਤੇ ਸੇਮ ਹੋਣੇ ਚਾਹੀਦੇ ਆ ਨੰਬਰ 2 ਤੇ ਗੱਲ ਕਰਦੇ ਆ ਭਾਈ ਹੁਣ ਆਪਾਂ ਐਸਸੀ ਤੇ ਐਸਟੀ ਵਾਲੇ ਬੱਚਿਆਂ ਦੀ ਤਾਂ ਦੇਖੋ ਇਹ ਪਈ ਪੱਤਰ ਜਾਤੀ ਸਰਟੀਫਿਕੇਟ ਹੋਣਾ ਚਾਹੀਦਾਗਾ ਠੀਕ ਹੈ ਜਾਤੀ ਸਰਟੀਫਿਕੇਟ ਹੋਣਾ ਚਾਹੀਦਾ ਬਾਕੀ ਚੀਜ਼ ਤੁਹਾਡੇ ਤੇ ਸੇਵ ਲਾਗੂ ਹੁੰਦੀ ਹੈ ਜਿਹੜਾ ਤੁਹਾਡਾ ਆਧਾਰ ਕਾਰਡ ਹੋਊਗਾ ਜਾਂ ਤੁਹਾਡੇ ਨਾਲ ਕੋਈ ਹੋਰ ਆਡੈਂਟੀਟੀ ਪ੍ਰੂਫ ਲਾਉਣੇ ਜੇ ਡਰਾਈਵਿੰਗ ਲਿਸੈਂਸ ਲਾਉਣੇ ਹੋਗੇ ਠੀਕ ਹੈ ਉਹਦੇ ਤੇ ਵੀ ਜਿਹੜਾ ਤੁਹਾਡਾ ਨਾਮ ਆਗਾ ਜਿਹੜਾ ਤੁਹਾਡਾ 10ਵੀਂ ਸਰਟੀਫਿਕੇਟ ਦੇ ਨਾਮ ਹੈ ਤੇ ਜਿਹੜਾ ਤੁਹਾਡੇ ਜਾਤੀ ਸਰਟੀਫਿਕੇਟ ਦੇ ਨਾਮ ਹੈ ਤਿੰਨੀਆਂ ਚੀਜ਼ਾਂ ਆਪਸ ਦੇ ਵਿੱਚ ਮੈਚ ਕਰਦੀਆਂ ਹੋਣ ਜਿਹਦੇ ਵਿੱਚ ਬੱਚੇ ਦੇ ਦੇਖਿਆ ਕਿ ਅਧਾਰ ਕਾਰਡ ਦੇ ਨਾਮ ਕੁਝ ਹੋਰ ਲਿਖਿਆ ਹੋਇਆ ਹੈ 10ਵੀਂ ਸਰਟੀਫਿਕੇਟ ਤੇ ਕੁਝ ਹੋਰ ਲਿਖ ਠੀਕ ਹੈ ਪਹਿਲਾ ਦੱਸਤਾ ਹੁਣ ਤੁਹਾਡੇ ਕੋਲ ਟਾਈਮ ਹੋਏਗਾ ਹਜੇ ਮਹੀਨਾ ਥੋੜਾ ਟ੍ਰੈਲਰ ਚ ਪਿਆਗਾ ਇਸ ਤੋਂ ਪਹਿਲਾਂ ਜੇ ਤੁਹਾਡੀ ਕੋਈ ਗਲਤੀ ਹੈ ਤਾਂ ਤੁਸੀਂ ਠੀਕ ਕਰਵਾ ਸਕਦੇ ਹੋ ਕੌਲੀ ਨਾਮ ਬਣਿਆ ਕਰੋ ਪੁੱਤਰੋ ਜੇ ਕੋਈ ਲੋੜ ਹੈ ਤਾਂ ਬਣਵਾ ਲਓ ਦਵਾ ਦਵਾਪ ਦਾ ਤੀਜੀ ਗੱਲ ਕਹਦਾ ਮੈਂ OBC ਵਾਲੇ ਬੱਚਿਆਂ ਵਾਸਤੇ OBC ਵਾਲੇ ਬੱਚਿਆਂ ਨੂੰ ਵੀ ਸੇਮ ਚੀਜ਼ ਚਾਹੀਦੀ ਹੈ ਜਾਤੀ ਸਰਟੀਫਿਕੇਟ ਉਹਨਾਂ ਕੋਲੇ ਹੋਣਾ ਚਾਹੀਦਾ ਪਲੱਸ ਜਿਹੜਾ ਨਾਮ ਤੁਹਾਡਾ ਫਾਰਮ ਤੇ ਹੈ ਜਦੋਂ ਤੁਸੀਂ ਫਿੱਲ ਕੀਤਾ ਆਧਾਰ ਕਾਰਡ ਤੇ ਸਰਟੀਫਿਕੇਟ ਤੇ ਆਧਾਰ ਕਾਰਡ ਤੇ ਇੱਕ ਤੇ ਦੱਸ ਵੀ ਸਰਟੀਫਿਕੇਟ ਸਾਰੇ ਨਾਮ ਸੇਮ ਟੂ ਸੇਮ ਹੋਣੇ ਚਾਹੀਦੇ ਆ ਜੇ ਕਿਸੇ ਬੱਚੇ ਦੀ ਕੋਈ ਐਡਰੈਸ ਦੇ ਵਿੱਚ ਪ੍ਰੋਬਲਮ ਹੋਵੇ ਐਡਰੈਸ ਕੋਈ ਗਲਤ ਲਿਖਿਆ ਹੋਵੇ ਜਾਂ ਕੁਝ ਹੋਰ ਉਹ ਤਾਂ ਚੱਲ ਜੂਗਾ ਪਰ ਇਹ ਤਿੰਨ ਚਾਰ ਚੀਜ਼ਾਂ ਤੁਹਾਡੀਆਂ ਪੂਰੀਆਂ ਮੇਨ ਹੁੰਦੀਆਂ ਭਾਈ ਇਹ ਗੱਲ ਯਾਦ ਰੱਖਣੀ ਹੈ ਠੀਕ ਹੈ ਇਹਨਾਂ ਦੇ ਵਿੱਚ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਹੁਣ ਸਮਝ ਗਏ ਪੁੱਤਰੋ ਜਿਹੜਾ ਇਹ ਜਾਤੀ ਸਰਟੀਫਿਕੇਟ ਆ ਭਾਈ ਇਹਦੇ ਬਾਰੇ ਮੈਨੂੰ ਇੰਨੀ ਨੌਲੇਜ ਹੈ ਨਹੀਂ ਇਹ ਅਪਡੇਟ ਹੁੰਦਾ ਕਿ ਅਪਡੇਟ ਨਹੀਂ ਹੁੰਦਾ ਇਹਦੇ ਬਾਰੇ ਮੈਨੂੰ ਕੋਈ ਪਤਾ ਨਹੀਂ ਹੈਗਾ ਇਹ ਤੁਹਾਨੂੰ ਦੱਸਣਗੇ ਜਾ ਕੇ ਸੁਵਿਧਾ ਸੈਂਟਰ ਵਾਲੇ ਸੁਵਿਧਾ ਸੈਂਟਰ ਦੇ ਵਿੱਚ ਜਾਏ ਉਹਨਾਂ ਨੂੰ ਪੁੱਛਿਓ ਭਾਈ ਜਿਹੜਾ ਸਾਡੇ ਜਾਤੀ ਸਰਟੀਫਿਕੇਟ ਆ ਇਹ ਸਾਨੂੰ ਅਪਡੇਟ ਕਰਵਾਉਣ ਦੀ ਲੋੜ ਹੈਗੀ ਕਿ ਨਹੀਂ ਹੈਗੀ ਜੇ ਤੁਹਾਨੂੰ ਲੱਗਿਆ ਅਪਡੇਟ ਹੋ ਜਾਊਗਾ ਫਿਰ ਤਾਂ ਕਰਵਾ ਲਿਓ ਜੇ ਨਹੀਂ ਲੋੜ ਤਾਂ ਨਹੀਂ ਠੀਕ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਆਪਦਾ ਜਾ ਕੇ ਸੁਵਿਧਾ ਸੈਂਟਰ ਦੇ ਵਿੱਚ ਪਤਾ ਕਰੋ ਠੀਕ ਹੈ ਇਸ ਤੋਂ ਬਾਅਦ ਗੱਲ ਕਰਦੇ ਆ ਆਪਣੇ ਫੌਜੀ ਵੀਰਾਂਗੇ ਜਿਹੜੇ ਜਾਂ ESM ਆਗੇ ਕਭੀ ਤੁਹਾਡਾ ਜਿਹੜਾ ਸਰਟੀਫਿਕੇਟ ਹੈ ਇਹ ਤੁਹਾਡੇ ਜਿਹੜਾ ਡਿਪਾਰਟਮੈਂਟ ਤੁਹਾਨੂੰ ਕੋਈ ਇਸ਼ੂ ਕਰਦਾ ਹੋਣਾਗਾ ਠੀਕ ਹੈ ਜੀ ਜਿਹੜਾ ਤੁਹਾਡਾ ਡਿਪਾਰਟਮੈਂਟ ਆ ਫੌਜ ਦਾ ਤੁਹਾਨੂੰ ਉਹ ਇਸ਼ੂ ਕਰਦਾ ਹੋਊਗਾ ਜਿਹੜਿਆ ਵੀ ਮਤਲਬ ਡਾਕੂਮੈਂਟ ਤੁਹਾਨੂੰ ਉਹ ਡਾਕੂਮੈਂਟ ਹੀ ਚਾਹੀਦੇ ਆ ਠੀਕ ਹੈ ਇਹਦੇ ਬਾਰੇ ਬੱਚੋ ਮੈਨੂੰ ਪਤਾ ਨਹੀਂ ਹੈਗਾ ਸਿਰਫ ਤੁਹਾਨੂੰ ਉਹ ਡਾਕੂਮੈਂਟ ਚਾਹੀਦੇ ਬਾਕੀ ਜਿਹੜਾ ਦੂਜੀਆਂ ਚੀਜ਼ਾਂ ਦਾ ਲਾਗੂ ਹੋਣਗੀਆਂ ਹੋਣਗੀਆਂ ਜਿਵੇਂ ਤੁਹਾਡਾ ਆਧਾਰ ਕਾਰਡ ਹੋ ਗਿਆ 10ਵੀਂ ਸਰਟੀਫਿਕੇਟ ਹੋ ਗਿਆ ਇਹਦੇ ਨਾਮ ਤੁਹਾਡੇ ਸੇਮ ਹੋਣੇ ਚਾਹੀਦੇ ਤੇ ਜਿਹੜਾ ਤੁਸੀਂ ਸਰਟੀਫਿਕੇਟ ਤੁਹਾਨੂੰ ਗਵਰਨਮੈਂਟ ਵੱਲੋਂ ਪ੍ਰੋਵਾਈਡ ਕਰਵਾਇ ਇਹ ਗੱਲ ਯਾਦ ਰੱਖਣੀ ਹੈ ਮੇਨ ਤਾਂ ਜਿਹੜਾ ਰੌਲਾ ਪੈਂਦਾਗਾ ਐਸਸੀ ਐਸਟੀ ਓਬੀਸੀ ਇਹਨਾਂ ਨੂੰ ਮੇਨ ਚਾਹੀਦਾ ਭਾਈ ਜਾਤੀ ਸਰਟੀਫਿਕੇਟ ਠੀਕ ਹੈ ਬਾਕੀ ਸੋਡੇ ਨਾਮ ਜਿਹੜੇ 10ਵੀਂ ਦੇ ਸਰਟੀਫਿਕੇਟ ਤੇ ਆ 12ਵੀਂ ਦੇ ਸਰਟੀਫਿਕੇਟ ਤੇ ਤੁਸੀਂ ਜਿਹੜਾ ਫਾਰਮ ਫਿਲ ਕੀਤਾ ਉਹ ਠੀਕ ਹੈ ਆਧਾਰ ਕਾਰ ਸਾਰਿਆਂ ਦੇ ਸੇਮ ਨਾਮ ਹੋਣੇ ਚਾਹੀਦੇ ਸੇਮ ਹੀ ਰਿਜਿਸਟ੍ਰੇਸ਼ਨ ਡਾਟਾ ਹੋਣੇ ਚਾਹੀਦੇ ਠੀਕ ਹੈ ਜੇ ਕਿਸੇ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਤਾਂ ਹੁਣੇ ਹੀ ਠੀਕ ਕਰਵਾ ਲਓ ਕਿਉਂਕਿ 12 ਵਿੱਚ ਜੇ ਰਕਾਰਡ ਛਡਾਉਣਾ ਹੁੰਦਾ ਤਾਂ ਉਹ ਬਹੁਤ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਜਦੋਂ ਆਏ ਇਹ ਪਾਇਆ ਜਾਂਦਾ ਕਿ ਬੰਦਾ ਜਾਂਦੀ ਹੈ ਇੱਕ ਅੱਖਰ ਦੀ ਇੱਕ ਅੱਖਰ ਦਾ ਵੀ ਗਲਤ ਨਾਮ ਉਹ ਵੀ ਆਪ ਦਾ ਚੇਂਜ ਕਰਵਾ ਲਓ ਭਾਈ ਹਾਂ ਜਿਹੜੇ ਬੱਚਾ ਦੇ ਫਾਰਮ ਦੇ ਵਿੱਚ ਕੋਈ ਮਿਸਟੇਕ ਹੋਈ ਹੈ ਫਾਰਮ ਦੇ ਵਿੱਚ ਭਾਈ ਜੇ ਮਿਸਟੇਕ ਹੋਈ ਹੈ ਉਹ ਤਾਂ ਤੁਹਾਡਾ ਹਲੇ ਕੋਈ ਹੱਲ ਨਹੀਂ ਹੋ ਸਕਦਾ ਜਿਉ ਤੁਹਾਡੀ ਇੰਟਰਵਿਊ ਹੋਊਗੀ ਇੰਟਰਵਿਊ ਤਾਂ ਪਰੇ ਚ ਹੈ ਨਹੀਂ ਜਦੋਂ ਤੁਹਾਡਾ ਡਾਕੂਮੈਂਟ ਵੈਰੀਫਿਕੇਸ਼ਨ ਦੇ ਵਾਸਤੇ ਭਲਾਇਆ ਜਾਊਗਾ ਠੀਕ ਹੈ ਉਦੋਂ ਤੁਸੀਂ ਆਪ ਦਾ ਹੱਲ ਕਰਵਾ ਸਕਦੇ ਹੋ ਠੀਕ ਹੈ ਧੰਨਵਾਦ ਪੁੱਤਰੋ ਜੇ ਕਿਸੇ चीज ਦੀ ਹੋਰ ਭਾਈ ਗੱਲਬਾਤ ਦਾ ਤਾਂ ਬੱਸ ਠੀਕ ਹੈ ਜੀ ਤੇ ਧੰਨਵਾਦ ਮੇਰੇ ਦੋਸਤੋ ਜਿਉਂਦੇ ਬਾਦ ਦੇ ਲੋ